ਜੈ ਹਿੰਦ ਦੋਸਤੋ, ਅੱਜ ਮੈਂ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਗੱਲ ਕਰਨੀ ਆ, ਜੋ ਕਿ ਸਾਰਿਆਂ ਨੇ ਸੁਣਨ ਵਾਲੀ ਗੱਲ ਹੈ। 3 ਤਰੀਕ ਵਾਲੇ ਦਿਨ ਸ਼ਨੀਵਾਰ 1 ਵਜੇ ਮੇਰੇ ਘਰ 'ਚ ਅੱਗ ਲੱਗ ਚੁੱਕੀ ਸੀ। ਸਾਰਾ ਸਮਾਨ ਜਲ ਕੇ ਸਵਾਹ ਹੋ ਗਿਆ। ਆਹ ਤੁਸੀਂ ਕਮਰਾ ਦੀ ਹਾਲ ਦੇਖ ਸਕਦੇ ਹੋ। ਸਾਡਾ ਸਾਰਾ ਸਮਾਨ ਆ, AC ਵਗੈਰਾ ਸਾਰਾ ਕੁਝ ਜਲ ਕੇ ਰਾਖ ਹੋ ਗਿਆ। ਮਗਰ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਗੱਲ ਕਰਨਾ ਚਾਹੁੰਦਾ ਕਿ ਮੈਂ 20 ਸਾਲ ਸੇਵਾ ਕੀਤੀ ਹੈ ਲੀਡਰਾਂ ਦੀ, ਅਤੇ ਜਿਨ੍ਹਾਂ ਦੇ ਨਾਲ ਮੈਂ ਨਾਲ ਰਿਹਾ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ। ਮਗਰ ਮੇਰੇ ਘਰ 'ਚ ਮੇਰੇ ਘਰ ਦੇ ਵਿੱਚ ਐਡੀ ਵੱਡੀ ਪ੍ਰੋਬਲਮ ਹੋ ਗਈ, ਮੇਰੇ ਘਰ 'ਚ ਅੱਗ ਲੱਗ ਚੁੱਕੀ, ਮੇਰਾ ਸਾਰਾ ਸਮਾਨ ਤਬਾਹ ਹੋ ਗਿਆ। ਮਗਰ ਕੋਈ ਵੀ ਅੰਮ੍ਰਿਤਸਰ ਦਾ ਲੀਡਰ, ਕੋਈ ਵੀ MLA, ਸਾਬਕਾ MLA ਜਾਂ ਕੋਈ ਵੀ MP ਮੇਰੇ ਘਰ ਤੱਕ ਨਹੀਂ ਆਇਆ। ਮੈਂ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੇ ਕੰਮ ਸਵਾਰੇ, ਪਰਮਾਤਮਾ ਨੂੰ ਨਾ ਮੰਨੀਦਾ, ਸਵੇਰੇ ਸ਼ਾਮ ਅਸੀਂ ਪਾਠ ਪੂਜਾ ਕਰੀਦੀ ਆ। ਮੈਂ ਮੀਡੀਆ ਭਰਾਵਾਂ ਨੇ, ਪ੍ਰੈਸ ਵਾਲਿਆਂ ਨੂੰ ਕਹਿੰਦੇ ਹਾਂ, ਸਾਰਿਆਂ ਨੂੰ ਅਤੇ ਸਾਰੇ ਨੌਜਵਾਨਾਂ ਨੂੰ ਕਹਿੰਦੇ ਹਾਂ, ਇਹਨਾਂ ਲੀਡਰਾਂ ਦੇ ਮਗਰ ਨਹੀਂ ਲੱਗਣਾ। ਕੋਈ ਵੀ ਲੀਡਰ ਹੋਵੇ, ਚਾਹੇ ਜਿੰਨੀਆਂ ਤੁਹਾਨੂੰ ਮਰਜ਼ੀ ਮਿੱਠੀਆਂ ਗੋਲੀਆਂ ਦੇਵੇ, ਮਗਰ ਇਹ ਜਿਹੜੇ ਲੀਡਰ ਆ ਕਿਸੇ ਦੇ ਸਗੇ ਨਹੀਂ ਗਿਆ। ਮੈਂ ਕਿਸੇ ਦਾ ਖਾਸਮ ਖਾਸ ਹੈਗਾ ਹਾਂ, ਮਗਰ ਉਸ ਇਨਸਾਨ ਨੇ ਘਰ ਦਾ ਆਉਣਾ ਤੱਕ ਚੰਗਾ ਨਹੀਂ ਸਮਝਿਆ ਕਿ ਘਰ ਆ ਕੇ ਆਪਣੀ ਟੀਮ ਲੈ ਕੇ ਆਵਾਂ। ਹੁਣੇ ਉਹ ਕਿਸੇ ਅਮੀਰ ਬੰਦੇ ਦਾ ਘਰ ਸੜਿਆ ਹੁੰਦਾ ਜਾਂ ਸਮਾਨ ਸੜਿਆ ਹੁੰਦਾ ਅਤੇ ਮਿੰਟੋ ਮਿੰਟ ਭੱਜਦੇ ਗੱਡੀਆਂ ਲੈ ਕੇ ਆਉਣਾ ਸੀ ਸਾਰੇ ਲੀਡਰਾਂ ਨੇ। ਮੈਂ ਸਾਰੇ ਜਿੰਨੇ ਵੀ ਲੀਡਰ ਸਾਡੇ ਅੰਮ੍ਰਿਤਸਰ ਦੇ ਆ, ਮੈਂ ਉਹਨਾਂ ਨੂੰ ਖਾਸ ਕਰਕੇ ਮੀਡੀਆ ਭਰਾ ਨੂੰ ਕਹਿੰਦਾ, ਮੇਰੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ। ਚਲੋ ਜਿਹੜਾ ਸਾਡਾ ਘਰ ਬਰਬਾਦ ਹੋਇਆ ਉਹ ਤਾਂ ਮੈਂ ਸਵਾਰ ਹੀ ਲਊਂਗਾ, ਰੱਬ ਨੇ ਹੱਥ ਦਿੱਤੇ, ਮਿਹਨਤ ਕੀਤੀ ਅਸੀਂ ਕਰ ਲਾਂਗੇ। ਮਗਰ ਆਹ ਲੀਡਰਾਂ ਨੂੰ ਅੱਜ ਮੇਰੀ ਚੁਣੌਤੀ ਹੈਗੀ ਆ ਕਿ ਮੈਂ ਅੱਜ ਤੋਂ ਬਾਅਦ ਸਾਰੀ ਰਾਜਨੀਤੀ ਲੀਡਰੀ ਛੱਡ ਰਿਹਾ। ਇਸ ਕਰਕੇ ਛੱਡ ਰਿਹਾ ਕਿਉਂਕਿ ਕੋਈ ਵੀ ਲੀਡਰ ਮੇਰੇ ਘਰ ਨਹੀਂ ਆਇਆ, ਮੇਰੇ ਘਰ ਦਾ ਸਮਾਨ ਸਾਰਾ ਛੱਡ ਗਿਆ। 3 ਤਰੀਕ ਦਾ ਸਮਾਨ ਸੜਿਆ, ਅੱਜ 5 ਅਗਸਤ ਹੋ ਗਈ ਆ, 2 ਦਿਨ ਹੋ ਗਏ ਆ, 3 ਤਰੀਕ ਸ਼ਨੀਵਾਰ, ਐਤਵਾਰ ਮੇਰਾ ਸਾਰਾ ਪਰਿਵਾਰ ਮੇਰੇ ਨਾਲ 'ਚ ਖਲੋਤਾ ਸੀ, ਮੇਰਾ ਸਾਰਾ ਇਲਾਕਾ ਮਹੱਲੇ ਵਾਲਾ ਖਲੋਤਾ ਸੀ, ਮਗਰ ਕੋਈ ਵੀ ਇਹ ਲੀਡਰ ਕਿਸੇ ਦੇ ਸਗੇ ਨਹੀਂ ਗਏ। ਇਹ ਲੀਡਰਾਂ ਨੂੰ ਇਲੈਕਸ਼ਨ 'ਚ ਯਾਦ ਆਉਂਦੀ, ਹੁਣੇ ਇਲੈਕਸ਼ਨ ਹੁੰਦੇ ਤਾਂ ਲੀਡਰਾਂ ਦੀਆਂ ਗੱਡੀਆਂ ਇੱਥੇ ਆ ਜਾਣੀਆਂ ਸੀ, ਹੁਣੇ ਇਲੈਕਸ਼ਨ ਹੁੰਦੇ ਤਾਂ ਇੱਥੇ ਲੋਕਾਂ ਨੇ ਸਾਰਿਆਂ ਨੇ ਆ ਜਾਣਾ, ਪਤਾ ਨਹੀਂ ਕਿਹੜੀ ਕਿਹੜੀ ਪਾਰਟੀ ਦੇ ਲੀਡਰਾਂ ਨੇ ਆ ਜਾਣਾ। ਮਗਰ ਮੈਂ ਇੱਕ ਪੰਜਾਬ ਸਰਕਾਰ ਦਾ ਸਾਬਕਾ ਡਾਇਰੈਕਟਰ ਵੀ ਹੋਵਾਂ, ਮੈਂਬਰ ਡਾਇਰੈਕਟਰ ਵੀ ਹੋਵਾਂ, ਪਾਰਟੀਆਂ ਦਾ ਮੈਂ ਤਕੜਾ ਲੀਡਰ ਵੀ ਹੋਵਾਂ, ਮਗਰ ਇਹ ਲੋਕ ਲੀਡਰ ਕਿਸੇ ਦੇ ਬਣਦੇ ਨਹੀਂ ਆ। ਅੱਜ ਤੁਹਾਨੂੰ ਸਾਰਾ ਮੈਂ ਦਿਖਾ ਰਿਹਾ ਹਾਂ, ਕੋਈ ਵੀ ਲੀਡਰ, ਮੈਂ ਸਾਰਿਆਂ ਦੀ ਗੱਲ ਕਰਦਾ, ਮੈਂ ਕਿਸੇ ਦਾ ਇੱਕ ਨਾਂ ਨਹੀਂ ਲਾਇਆ। ਮੇਰਾ ਸਾਰਾ ਘਰ ਦਾ ਕਮਰਾ, ਬੈਡਰੂਮ ਸੀ, ਸਾਰਾ ਬਰਬਾਦ ਹੋ ਗਿਆ ਕਿਉਂਕਿ ਸਾਡਾ LCDਆਂ ਸਮਾਨ ਸਾਰਾ ਤੁਹਾਨੂੰ ਦਿਖਾਉਂਦੇ ਹਾਂ, ਮੰਦਰ ਸੀ, ਸਾਰਾ ਸ਼ੋਰਟ ਸਰਕਟ ਹੋ ਗਈ ਆ, ਜਿਹਦੇ ਨਾਲ ਅੱਗ ਲੱਗ ਚੁੱਕੀ ਸੀ। ਸਾਰਾ ਸਮਾਨ ਸੀ ਬੱਚਿਆਂ ਵਿਚਾਰਾ, ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸਾਰਾ ਸਮਾਨ, ਬਾਕੀ ਤੁਹਾਨੂੰ ਮੈਂ ਸਮਾਨ ਸਾਰਾ ਬਾਹਰ ਵੀ ਦਿਖਾਉਂਦਾ, ਜਿਹੜਾ ਸਾਡਾ ਚੱਲ ਚੁੱਕਿਆ ਆ ਸਮਾਨ ਮੈਂ ਦਿਖਾ ਰਿਹਾ। ਮੈਂ ਖਾਸ ਵੀਡੀਓ ਉਸ ਲੀਡਰਾਂ ਕਰਕੇ ਬਣਾਈ ਆ, ਜਿਹੜੇ ਲੀਡਰ ਬਸ ਆਪਣੀ ਚਮਚਾ ਸ਼ੋਹਰਤ ਬਣਾਉਣ ਵਾਸਤੇ ਲੋਕਾਂ ਦੇ ਘਰ 'ਚ ਜਾਂਦੇ ਆ। ਤੁਸੀਂ ਆਹ ਵੇਖੋ, ਆ ਸਾਰਾ ਸਮਾਨ ਸਾਡਾ ਮੰਦਰ ਦਾ ਸਾਰਾ ਜਲ ਚੁੱਕਿਆ। ਆਹ ਸਾਡਾ AC, ਇਨਵੇਟਰ ਸੀ, ਕੱਪੜੇ ਸੀ, ਬੈਗ ਸੀ, ਸਾਰੇ ਹੀ ਜੋ ਵੀ ਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ। ਅਤੇ ਜਿਨ੍ਹਾਂ ਲੀਡਰਾਂ ਦੀ ਮੈਂ ਸੇਵਾ ਕੀਤੀ ਆ, ਉਹ ਲੀਡਰ ਉਹਨਾਂ ਨੇ ਚੰਗਾ ਇਹ ਨਹੀਂ ਦੇਖਿਆ ਕਿ ਮਦਦ ਤਾਂ ਕਰਨ ਦੀ ਦੂਰ ਆ, ਮਦਦ ਤਾਂ ਬਹੁਤ ਦੂਰ ਆ ਕਰਨ ਦੀ, ਕਿਸੇ ਜਾ ਕੇ ਵੇਖਿਆ ਤੱਕ ਨਹੀਂ ਆ। ਅਤੇ ਮੈਂ ਇਸ ਕਰਕੇ ਮੀਡੀਆ ਭਰਾਵਾਂ ਨੂੰ ਸਾਰਿਆਂ ਨੂੰ ਕਹਾਂਗਾ ਕਿ ਮੇਰੀ ਵੀਡੀਓ ਜ਼ਰੂਰ ਸਾਰਿਆਂ ਨੂੰ ਸ਼ੇਅਰ ਕਰੋ, ਅਤੇ ਜਿੰਨੇ ਵੀ ਨੌਜਵਾਨ ਹੈਗੇ ਆ ਜਿਸ ਲੀਡਰੀ ਦੇ ਵਿੱਚ ਪਏ ਆ, ਉਹ ਸਾਰੇ ਲੀਡਰੀ ਨੂੰ ਤਿਆਗ ਦਿਓ। ਇਹ ਲੀਡਰੀ ਵਿੱਚ ਕੁਛ ਨਹੀਂ ਰਿਹਾ, ਆਪਣੇ ਪਰਿਵਾਰ ਜਿੱਥੇ ਤੁਸੀਂ ਤੁਹਾਡਾ ਸਾਥ ਦੇਣਾ, ਤੁਹਾਡੇ ਪਰਿਵਾਰ ਨੇ ਦੇਣਾ। ਅੱਜ ਮੇਰਾ ਸਾਰਾ ਪਰਿਵਾਰ, ਸਹੁਰਾ ਪਰਿਵਾਰ, ਮੇਰਾ ਆਪਣਾ ਪਰਿਵਾਰ ਸਭ ਨਾਲ ਖੜ੍ਹਾ ਸੀ, ਉਹ ਆਏ ਸੀ, ਮਗਰ ਇੰਨਾ ਲੀਡਰਾਂ ਨੇ, ਇੱਕ ਵੀ ਲੀਡਰ ਅੰਮ੍ਰਿਤਸਰ 'ਚੋਂ ਕੋਈ ਨਹੀਂ ਆਇਆ ਜਿਨ੍ਹਾਂ ਦੀ ਮੈਂ ਇੰਨੀ ਸੇਵਾ ਕੀਤੀ, ਜਿਨ੍ਹਾਂ ਨੂੰ ਰਾਤ ਦਿਨ ਮੈਂ ਲੋਕਾਂ ਦੀ ਮਦਦ ਕੀਤੀ ਆ।
ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਸਾਡਾ ਤਾਂ ਚਲੋ ਘਰ ਜਿਹੜਾ ਹੋਇਆ ਹੋਇਆ ਉਹ ਤਾਂ ਮੈਂ ਕਰ ਲੂੰਗਾ ਠੀਕ, ਕਿਉਂਕਿ 20 ਸਾਲ 21 ਸਾਲ ਪਹਿਲਾਂ ਤਾਂ ਮੇਰੇ ਫਾਦਰ ਦੀ ਡੈਥ ਵੀ ਹੋ ਚੁੱਕੀ, ਉਹ ਤੁਹਾਨੂੰ ਫੋਟੋ ਦਿਖਾ ਰਿਹਾ ਮੈਂ। ਦੇਖੋ ਅਸੀਂ ਪਾਤ ਫਾਦਰ ਸਾਹਿਬ ਦੀ 21 ਸਾਲ ਬਾਅਦ ਵੀ ਅਸੀਂ ਆਪਣੇ ਮਿਹਨਤ ਨੇ ਨਾਲ ਸਭ ਕੁਝ ਬਣਾਇਆ ਸੀ। ਚਲੋ ਰੱਬ ਦੀ ਮਿਹਰ ਹੋ ਗਈ, ਜੋ ਵੀ ਹੋਇਆ ਰੱਬ ਦਾ, ਅਸੀਂ ਇੰਨੀ ਪਾਠ ਪੂਜਾ ਕਰਦੇ ਹਾਂ, ਰੱਬ ਪ੍ਰੀਖਿਆ ਹੀ ਲੈਂਦੇ ਹਾਂ, ਚਲੋ ਜੋ ਵੀ ਹੋ ਚੁੱਕਿਆ ਆ। ਮਗਰ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਕਿਸੇ ਵੀ ਲੀਡਰ ਦਾ ਭਰੋਸਾ ਨਹੀਂ ਕਰਨਾ, ਕੋਈ ਲੀਡਰ ਤੁਹਾਡਾ ਸਾਥ ਨਹੀਂ ਦੇਗਾ ਨਾ ਤੁਹਾਡੇ ਦੇਵੇਗਾ। ਉਹਨਾਂ ਨੇ ਚੰਗਾ ਨਹੀਂ ਸਮਝਿਆ ਕਿ ਇੱਥੇ ਪਹੁੰਚ ਜਾਈਏ, ਵੇਖ ਹੀ ਲਈਏ। ਇਸ ਕਰਕੇ ਮੈਂ ਤੁਹਾਨੂੰ ਸਾਫ਼ ਕਲੀਅਰ ਕਹਿੰਦੇ ਹਾਂ, ਪਰਮਾਤਮਾ ਕਿਸੇ ਦਾ ਇਸ ਤਰ੍ਹਾਂ ਨਾ ਕਰੇ, ਅਤੇ ਇਸ ਕਰਕੇ ਜੋ ਸਾਡੇ ਨਾਲ ਹੋਇਆ, ਅਤੇ ਮੈਂ ਹੁਣ ਵਕਤ ਹੈਗਾ ਸਾਂਭਲੋ ਆਪਣੇ ਆਪ ਨੂੰ, ਨੌਜਵਾਨਾਂ ਨੂੰ। ਇੰਨਾ ਲੀਡਰ ਮਗਰ ਕਈ ਨਹੀਂ ਲੱਗਣਾ, ਮੈਂ 20-20 ਸਾਲ ਮਿਹਨਤ ਕੀਤੀ ਲੋਕਾਂ ਦੀ, ਲੋਕਾਂ ਦੇ ਸਾਥ ਦਿੱਤਾ, ਮਗਰ 20 ਸਾਲ ਦੀ ਮੇਰੀ ਮਿਹਨਤ ਦਾ ਨਤੀਜਾ ਵੇਖੋ, ਘਰ ਤੱਕ ਵੜ ਕੇ ਨਹੀਂ ਕਿਸੇ ਨੇ ਵੇਖਿਆ। ਚਾਹੇ ਉਹ ਸਾਡੇ ਸ਼ਹਿਰ ਦੇ ਭਾਵੇਂ ਵੱਡੇ ਵੱਡੇ ਲੀਡਰ MP ਹੋਣ, ਅਤੇ ਚਾਹੇ MLA ਹੋਣ, ਅਤੇ ਚਾਹੇ ਸਾਬਕਾ MLA, ਕੋਈ ਨਹੀਂ ਵੜਿਆ। ਅਤੇ ਇਲਾਕੇ ਵਾਲੇ ਉਹ ਆਏ ਜਿਨ੍ਹਾਂ ਦੀ ਮੈਂ 1-1 ਜਣੇ ਦੀ ਮਦਦ ਕੀਤੀ ਸੀ ਨਾ, ਜਿਨ੍ਹਾਂ ਦੇ ਨਾਲ ਮੈਂ ਖਲੋਤਾ ਰਾਤ ਦਿਨ, ਉਹ ਸਾਰਿਆਂ ਨੇ ਰਸ਼ ਪਿਆ ਇੱਥੇ, ਮਗਰ ਕੋਈ ਨਹੀਂ ਆਇਆ। ਇਸ ਕਰਕੇ ਹੁਣ ਮੈਂ ਕਹਾਂਗਾ ਕਿ ਮੇਰੇ ਘਰ ਦੇ ਵਿੱਚ ਕੋਈ ਵੀ ਲੀਡਰ ਨਾ ਆਵੇ, ਆਏਗਾ ਤਾਂ ਫਿਰ ਮੈਂ, ਮੇਰੇ ਕੋਲ ਬੋਲੇ ਤੋਂ ਬਗੈਰ ਹੋਏ ਰਿਹਾ ਨਹੀਂ ਜਾਣਾ। ਇਸ ਕਰਕੇ ਨਾ ਮੇਰੀ ਕੋਈ ਮਦਦ ਹੁਣ ਕਰਨ ਦੀ ਲੋੜ ਪੈ ਗਈ ਆ, ਜੋ ਕਰਾਂਗਾ ਮੈਂ ਆਪਣੇ ਆਪ ਕਰੂੰਗਾ।